ਸਿੱਖਣ ਨੂੰ ਟੀਚਿੰਗ ਦੀ ਨੌਲੇਜ ਦਾ ਇਹ ਸਫ਼ਰ ਸੀ ਬੀਐਡ ਕਾਲਜ ਦਾ। ਜਦ ਇਸ ਕਾਲਜ ਵਿੱਚ ਆਇਆ ਸੀ ਥੋੜ੍ਹਾ ਡਰਿਆ ਅਤੇ ਘਬਰਾਇਆ ਸੀ। ਆਪਣੀ ਤੁਲਨਾ ਵਿੱਚ ਬਾਕੀਆਂ ਨੂੰ ਮੈਂ ਬੜਾ ਸਿਆਣਾ ਪਾਇਆ ਸੀ। ਹੌਲੀ ਹੌਲੀ ਫਿਰ ਸੁਧਾਰ ਆਇਆ, ਮੇਰੀ ਸ਼ਖਸੀਅਤ ਵਿੱਚ ਨਿਖਾਰ ਆਇਆ। ਯਾਦ ਹੈ ਜਦ ਐਕਟ ਮੈਂ ਕਰਿਆ ਸੀ, ਪਹਿਲੀ ਵਾਰ ਸਟੇਜ 'ਤੇ ਚੜ੍ਹਿਆ ਸੀ, ਖੁਦ ਅੰਦਰ ਹੌਸਲਾ ਭਰਿਆ ਸੀ, ਪੰਡਿਤ ਦਾ ਰੋਲ ਮੈਂ ਕਰਿਆ ਸੀ। ਉਸ ਦਿਨ ਨਜ਼ਾਰਾ ਲੁੱਟਿਆ ਸੀ, ਮੇਰੀ ਸ਼ਰਮ 'ਤੇ ਝਾਕਾ ਟੁੱਟਿਆ ਸੀ। ਜੇ ਜ਼ਿਕਰ ਕਰਾਂ ਉਹਨਾਂ ਟੀਚਰਾਂ ਦਾ ਬੜੇ ਪਿਆਰ ਨਾਲ ਜਿੰਨਾ ਪੜ੍ਹਾਇਆ ਹੈ, ਮੈਡਮ ਰਮਨ, ਅਮਨ ਅਤੇ ਨਿਰਮਲ ਦਾ ਪਹਿਲੋ ਨਾਮ ਜ਼ਹਿਨ ਵਿੱਚ ਆਇਆ ਹੈ, ਤੇ ਦੀਪਿਕਾ ਰਜਨੀ ਮੈਮ ਨੇ ਕਹਿ ਕਹਿ ਕੇ ਮੋਟੀਵੇਸ਼ਨ ਦਾ ਡੋਜ਼ ਖਵਾਇਆ ਹੈ। ਮੈਡਮ ਇੰਦੂ ਸੁਧੀਰ ਤੇ ਸੰਜਮ ਨਾਲ ਮੇਰਾ ਰਿਸ਼ਤਾ ਬੜਾ ਹੀ ਪਿਆਰਾ ਹੈ। ਇਹਨਾਂ ਕਲਾ ਦਿਆਂ ਪ੍ਰਸ਼ੰਸਕਾਂ ਦਾ ਸੁਭਾਅ ਵੀ ਬੜਾ ਨਿਆਰਾ ਹੈ, ਤੇ KCE ਦੇ ਹਰ ਇੱਕ ਟੀਚਰ ਦਾ ਆਪਣਾ ਹੀ ਇੱਕ ਅਦਾਰਾ ਹੈ। ਅੱਗੇ ਢਿੱਲ ਸਾਨੂੰ ਮਾਫ਼ ਕਰਨਾ ਢਿੱਲੋ ਸਰ ਦਾ ਵੀ ਕਰਨਾ ਜ਼ਿਕਰ ਬਹੁਤ ਜ਼ਰੂਰੀ ਹੈ। ਬਿਨਾਂ ਇਹਨਾਂ ਦੀ ਚਰਚਾ ਤੋਂ ਮੇਰੀ ਕਵਿਤਾ ਇਹ ਅਧੂਰੀ ਹੈ। ਗੌਰ ਫਰਮਾਇਓ, ਮੂੰਹ ਵਿੱਚੋਂ ਸ਼ਹਿਰ ਟਪਕਦਾ ਹੈ, ਮੂੰਹ ਵਿੱਚੋਂ ਸ਼ਹਿਦ ਟਪਕਦਾ ਏ ਜਦੋਂ ਬੇਟੇ ਉਹ ਕਹਿ ਕੇ ਬੁਲਾਉਂਦੇ ਨੇ। ਡਿਸਿਪਲਿਨ ਦੇ ਪੂਰੇ ਪੱਕੇ ਨੇ, ਜੁਰਮਾਨਾ ਠੋਕ ਕੇ ਲਾਉਂਦੇ ਨੇ। ਸੋ ਬੜੀਆਂ ਹੀ ਐਸੀਆਂ ਯਾਦਾਂ ਹੈ ਜ਼ਿੰਦਗੀ ਭਰ ਭੁਲਾਈਆਂ ਜਾਣੀਆਂ ਨਹੀਂ, ਦਿਲ ਖੋਲ੍ਹ ਕੇ ਖੁਸ਼ੀਆਂ ਮਾਣ ਲਈਏ, ਇਹ ਘੜੀਆਂ ਮੁੜ ਕੇ ਆਉਣੀਆਂ ਨਹੀਂ, ਇਹ ਘੜੀਆਂ ਮੁੜ ਕੇ ਆਉਣੀਆਂ।